ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਦਾਸ ਜੁਗਰਾਜ ਸਿੰਘ ਜੱਬੋਵਾਲ, ਹੈੱਡ ਗ੍ਰੰਥੀ ਸਿੰਘ ਸਭਾ ਗੁਰਦੁਆਰਾ ਕਲੇਰਬਾਲਾ, ਜੋ ਨਿਰਭਉ ਖਾਲਸਾ ਸੇਵਾ ਸੁਸਾਇਟੀ ਅਸੀਂ ਚਲਾ ਰਹੇ ਹਾਂ ਜੀ। ਸਾਡੀ ਇਹ ਸੰਸਥਾ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਵੱਖ ਵੱਖ ਨਗਰਾਂ ਦੇ ਵਿੱਚ ਪਹੁੰਚ ਕੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਦਦ ਕਰਦੀ ਹੈ ਜੀ। ਅੱਜ ਅਸੀਂ ਪਿੰਡ ਕਲੇਰਬਾਲਾ ਪਾਈ, ਜੋ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਹੈ, ਸਾਡਾ ਆਪਣਾ ਹੀ ਨਗਰ ਹੈ ਇਹ। ਇਸ ਨਗਰ ਦੇ ਵਿੱਚ ਇੱਕ ਵੀਰ ਹੈ ਸਵਰਨ ਸਿੰਘ। ਇਹ ਵੀਰ ਦੇ 5 ਬੱਚੇ ਨੇ ਜੀ, 2 ਬੇਟੀਆਂ ਜੋ ਵਿਆਹੀਆਂ ਨੇ ਅਤੇ 3 ਬੇਟੇ ਨੇ। ਇਹ ਇਸ ਵੀਰ ਦੇ ਬੇਟੇ ਨੇ ਅਤੇ ਆਪ ਵੀ ਇਸ ਵੀਰ ਨੂੰ ਜਿਹੜਾ ਨਿਗਾਹ ਤੋਂ ਨਹੀਂ ਦੇਖਦਾ, ਵੀ ਨਿਗਾਹ ਹੈ ਨਹੀਂ ਗੀ ਇਸ ਵੀਰ ਦੀ। ਅਤੇ ਪਹਿਲਾਂ ਤਾਂ ਵੀਰ ਇਹ ਜਿਹੜਾ ਕੰਮ ਕਾਜ ਕਰਕੇ ਦਿਹਾੜੀ ਦੱਪਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ, ਅਤੇ ਹੁਣ ਜਿਹੜਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਲ ਹੈ। ਅਸੀਂ ਇਸ ਵੀਰ ਦੇ ਕੋਲ ਵੀਰ ਆਜ਼ਾਦ ਸਿੰਘ ਜੀ, ਸਾਨੂੰ ਸਰਦਾਰ ਬਲਵਿੰਦਰ ਸਿੰਘ ਜੀ, ਜੋ ਇਹ ਵੀਰ ਕਵੈਤ ਦੇ ਵਿੱਚ ਹੈ, ਉਸ ਵੀਰ ਦੇ ਸਹਿਯੋਗ ਦੇ ਨਾਲ ਇਸ ਪਰਿਵਾਰ ਦੇ ਕੋਲ 1 ਮਹੀਨੇ ਦੀ ਰਾਸ਼ਨ ਦੀ ਰਸਤ ਲੈ ਕੇ ਪਹੁੰਚੇ ਹਾਂ ਜੀ, ਜੋ ਅੱਗੇ ਵੀ ਸਾਡੀ ਸੰਸਥਾ ਨਿਰਭਉ ਖਾਲਸਾ ਸੇਵਾ ਸੁਸਾਇਟੀ ਇਸ ਪਰਿਵਾਰ ਨੂੰ 1 ਮਹੀਨੇ ਦਾ ਰਾਸ਼ਨ ਦੇ ਕੇ ਗਏ ਸੀ। ਹੁਣ ਦੂਸਰੀ ਵਾਰ ਵੀਰ ਆਜ਼ਾਦ ਸਿੰਘ ਜੀ ਕਵੈਤ ਵਾਲਿਆਂ ਦੇ ਸਹਿਯੋਗ ਦੇ ਨਾਲ ਇਸ ਪਰਿਵਾਰ ਦੇ ਕੋਲ 1 ਮਹੀਨੇ ਦੀ ਰਾਸ਼ਨ ਦੀ ਰਸਤ ਲੈ ਕੇ ਪਹੁੰਚੇ ਹਾਂ ਜੀ। ਅੱਜ ਸਾਡੇ ਨਾਲ ਸੰਸਥਾ ਦੇ ਵਿੱਚ ਪਹੁੰਚੇ ਮੈਂਬਰ ਰਾਗੀ ਪਰਮਜੀਤ ਸਿੰਘ ਜੀ ਅਚਲ ਸਾਹਿਬ, ਵੀਰ ਲਖਵਿੰਦਰ ਸਿੰਘ ਜੀ ਕਲੇਰਬਾਲਾ ਪਾਈ ਤੋਂ, ਵੀਰ ਬਲਵਿੰਦਰ ਸਿੰਘ ਜੀ ਕਲੇਰਬਾਲਾ ਪਾਈ ਤੋਂ, ਜੋ ਇਹਨਾਂ ਵੀਰਾਂ ਦੇ ਨਾਲ ਅਸੀਂ ਇਸ ਨਗਰ ਦੇ ਵਿੱਚ ਪਹੁੰਚੇ ਹਾਂ ਜੀ, ਪਰਿਵਾਰ ਨੂੰ 1 ਮਹੀਨੇ ਦੀ ਰਾਸ਼ਨ ਦੀ ਰਸਤ ਦੇਣ, ਜੋ ਪਰਿਵਾਰ ਦੇ ਘਰ ਦੀ ਹਾਲਤ ਵੀ, ਜਿਹੜੀ ਆਰਥਿਕ ਹਾਲਤ ਵੀ ਬਹੁਤ ਮਾੜੀ ਹੈ। ਸੋ ਬਾਲਿਆਂ ਵਾਲੀਆਂ ਛੱਤਾਂ ਨੇ ਅਤੇ ਬਹੁਤ ਹੀ ਘਰ ਦੀ ਜਿਹੜੀ ਹਾਲਤ ਆ ਉਹ ਵੀ ਬਹੁਤ ਜ਼ਿਆਦਾ ਹੀ ਮਾੜੀ ਹੈ। ਸੋ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਪਾਈ ਕਿ ਵੱਧ ਚੜ੍ਹ ਕੇ ਅਜਿਹੇ ਵੀਰਾਂ ਦਾ ਜਿਹੜਾ ਸਹਿਯੋਗ ਕਰਨਾ ਚਾਹੀਦਾ ਹੈ ਜੀ। ਸੋ ਜੋ ਇਹਨਾਂ ਦੇ ਘਰ ਦਾ ਜਿਹੜਾ ਮੇਨ ਗੇਟ ਉਹ ਵੀ ਵੇਖ ਲਓ ਵੀ ਟੁੱਟਾ ਪਿਆ, ਉਹ ਵੀ ਬੰਨਿਆ ਰੱਸੀਆਂ ਦੇ ਨਾਲ, ਜਿਹੜਾ ਬਹੁਤ ਹੀ ਘਰ ਦੀ ਹਾਲਤ ਵੀ ਜਿਹੜੀ ਬਹੁਤ ਜ਼ਿਆਦਾ ਮਾੜੀ ਹੈ। ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਪਈ ਅਜਿਹੇ ਵੀਰਾਂ ਦਾ ਵੱਧ ਚੜ੍ਹ ਕੇ ਸਾਥ ਦੇਣਾ ਚਾਹੀਦਾ ਹੈ, ਤਾਂ ਜੋ ਇਹ ਵੀਰ ਆਪਣੇ ਜੋ ਘਰ ਨੂੰ ਚਲਾ ਸਕਣ। ਸੋ ਵੀਰ ਨੂੰ ਆਪ ਹੀ ਜਿਹੜਾ ਰੋਟੀ ਪਾਣੀ ਪਕਾ ਕੇ ਜਿਹੜਾ ਇਹਨਾਂ ਬੱਚਿਆਂ ਨੂੰ ਖਵਾਉਣਾ ਪੈਂਦਾ ਹੈ, ਆਪ ਹੀ ਬੱਚਿਆਂ ਦਾ ਜਿਹੜਾ ਪਾਲਣ ਪੋਸ਼ਣ ਕਰ ਰਿਹਾ ਹੈ। 3 ਵੀਰ ਦੇ ਬੱਚੇ ਨੇ, 2 ਬੇਟੀਆਂ ਵਹੀਆਂ ਨੇ, 5 ਬੱਚੇ ਨੇ, 3 ਮੁੰਡੇ ਅਤੇ 2 ਬੇਟੀਆਂ। ਸੋ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜੋ ਸਾਡੀ ਸੰਸਥਾ ਨਿਰਭਉ ਖਾਲਸਾ ਸੇਵਾ ਸੁਸਾਇਟੀ ਨੂੰ ਸਹਿਯੋਗ ਦੇ ਰਹੀਆਂ ਨੇ ਅਤੇ ਸਾਡੀ ਸੰਸਥਾ ਵੱਖ ਵੱਖ ਨਗਰਾਂ ਵਿੱਚ ਪਹੁੰਚ ਕੇ ਅਜਿਹੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਦਦ ਕਰਦੀ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਉਦਾਸ ਜੁਗਰਾਜ ਸਿੰਘ ਜੱਬੋਵਾਲ, ਹੈੱਡ ਗ੍ਰੰਥੀ ਸਿੰਘ ਸਭਾ ਗੁਰਦੁਆਰਾ ਕਲੇਰਬਾਲਾ, ਮੋਬਾਈਲ ਨੰਬਰ 9879970928। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਣਾ ਕਿਉਂ ਆ, ਕੋਈ ਨਹੀਂ, ਜਿਹੜੇ ਸੁੱਖ ਦੁੱਖ ਜਿਹੜੇ ਆਉਂਦੇ ਰਹਿੰਦੇ ਆ, ਹੌਸਲਾ ਜਿਹੜਾ ਰੱਖਣਾ ਵਾ। ਅੱਛਾ, ਲੈਟਰਿੰਗ ਬਾਥਰੂਮ ਨਹੀਂ ਹੈਗਾ, ਚਲੋ ਕੋਈ ਨਾ, ਮੈਂ ਕਰੂੰਗਾ ਵੀਰਾਂ ਨੂੰ, ਦੇਸ਼ਾਂ ਵਿਦੇਸ਼ਾਂ 'ਚ ਕਹੂੰਗਾ ਸੰਗਤ ਨੂੰ ਵੀ ਲੈਟਰਿੰਗ ਬਾਥਰੂਮ ਦਾ ਜਿਹੜਾ ਇੰਤਜ਼ਾਮ ਕਰਨਾ ਜੀ।
ਅਤੇ ਬਾਕੀ ਜਿਹੜੇ ਚੰਗੇ ਮਾੜੇ ਦਿਨ ਇਨਸਾਨ 'ਤੇ ਆਉਂਦੇ ਰਹਿੰਦੇ ਆ, ਕੋਈ ਗੱਲ ਨਹੀਂ ਜੀ, ਬਾਕੀ ਮਹਾਰਾਜ ਕਿਰਪਾ ਕਰੇ ਅਤੇ ਦਿਲ ਨਹੀਂ ਛੱਡਣਾ। ਬੇਨਤੀ ਆ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਵੀ, ਲੈਟਰਿੰਗ ਬਾਥਰੂਮ ਨਹੀਂ ਇਸ ਪਰਿਵਾਰ ਦੇ ਕੋਲ ਹੈਗਾ, ਘਰ ਦੀ ਆਰਥਿਕ ਹਾਲਤ ਵੀ ਵੇਖ ਲਓ ਵੀ ਬਹੁਤ ਮਾੜੀ ਆ, ਅਤੇ ਲੈਟਰਿੰਗ ਬਾਥਰੂਮ ਦੀ ਸੁਵਿਧਾ ਨਹੀਂ ਹੈਗੀ। ਜੇ ਕੋਈ ਵੀਰ ਸਹਿਯੋਗੀ ਵੀਰ ਇਸ ਪਰਿਵਾਰ ਦੀ ਮਦਦ ਕਰੇ, ਇਸ ਪਰਿਵਾਰ ਦੇ ਨਾਲ ਸਿੱਧੇ ਤੌਰ 'ਤੇ ਵੀ ਇਹਨਾਂ ਦੇ ਘਰ ਆ ਕੇ ਵੀ ਸੰਪਰਕ ਕਰ ਸਕਦੇ ਨੇ ਜੀ। ਜੋ ਇਹ ਵੀਰ ਦਾ ਨਾਂ ਸਰਦਾਰ ਸਵਰਨ ਸਿੰਘ, ਸਨ ਆਫ ਮੋਹਨ ਸਿੰਘ, ਇਹ ਸਿੱਧੇ ਤੌਰ 'ਤੇ ਵੀ ਪਿੰਡ ਕਲੇਰ ਬਾਲਾ ਪਾਈ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਹੈ ਜੀ, ਨਾਗੀਆਣਾ ਸਾਹਿਬ ਦੇ ਕੋਲ ਪਿੰਡ ਹੈ। ਇਸ ਨਗਰ ਦੇ ਵਿੱਚ ਸਿੱਧੇ ਤੌਰ 'ਤੇ ਵੀ ਪਹੁੰਚ ਕੇ ਇਸ ਵੀਰ ਦੀ ਜਿਹੜੀ ਕੋਈ ਹੈਲਪ ਕਰਨਾ ਚਾਹੁੰਦਾ ਹੋਵੇ ਤਾਂ ਇੱਥੇ ਸਿੱਧੇ ਤੌਰ 'ਤੇ ਵੀ ਪਹੁੰਚ ਕੇ ਜਿਹੜੀ ਮਦਦ ਕਰ ਸਕਦਾ ਹੈ। ਅਤੇ ਇਸ ਵੀਰ ਦੇ ਕੋਲ ਜਿਹੜੀ ਲੈਟਰਿੰਗ ਬਾਥਰੂਮ ਦੀ ਸੁਵਿਧਾ ਨਹੀਂ ਹੈਗੀ, ਅਤੇ ਬੇਨਤੀ ਆ ਵੀਰ ਵੱਲੋਂ ਸੰਗਤਾਂ ਨੂੰ, ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰੋ ਤੁਸੀਂ ਆਪ ਜੀ, ਕਰੋ ਵੀਰ ਜੀ ਤੁਸੀਂ ਆਪ ਵੀ, ਲੈਟਰਿੰਗ ਬਾਥਰੂਮ ਦੀ ਸੁਵਿਧਾ ਨਹੀਂ ਹੈਗੀ, ਤੁਸੀਂ ਕਰ ਦਿਓ ਹਾਂਜੀ, ਵੀ ਬਣਾ ਕੇ ਦਿਓ ਜੇ ਕੋਈ ਸੰਗਤ ਕਰ ਸੇਵਾ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।